ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ? ਹੋਰ ਠੀਕ ਠਾਕ ਸਾਰੇ ਨੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਮੇਰੀਆਂ ਵੀਡੀਓਜ਼ ਤੁਹਾਨੂੰ ਪਸੰਦ ਆ ਰਹੀਆਂ ਹੋਣਗੀਆਂ ਅਤੇ ਤੁਸੀਂ ਮੇਰੀਆਂ ਵੀਡੀਓ ਸ਼ੇਅਰ ਕਰ ਰਹੇ ਹੋਵੋਗੇ, ਹੈ ਨਾ? ਅਤੇ ਮੈਨੂੰ ਲੱਗਦਾ ਉਦੋਂ ਬਾਅਦ ਤੁਸੀਂ ਥੱਲੇ ਜਿਹੜਾ ਬਟਨ ਹੈਗਾ ਸਬਸਕ੍ਰਾਈਬ ਦਾ, ਉਹ ਵੀ ਨੱਪ ਰਹੇ ਹੋਵੋਗੇ। ਮੈਨੂੰ ਲੱਗ ਰਿਹਾ, ਪਤਾ ਨਹੀਂ, ਮੈਨੂੰ ਫੀਲਿੰਗ ਜੀ ਆ ਰਹੀ ਹੈ। ਅੱਜ ਦੀ ਵੀਡੀਓ ਬੜੀ ਵਧੀਆ ਵੀਡੀਓ ਆ, ਜਿਵੇਂ ਕਿ ਆਪਣੀਆਂ ਸਾਰੀਆਂ ਵੀਡੀਓਜ਼ ਵਧੀਆ ਹੁੰਦੀਆਂ ਹੈ। ਜੇ ਮੈਂ ਵਧੀਆ ਨਹੀਂ ਵੀ ਪਾਉਂਦਾ ਤਾਂ ਵੀ ਤੁਸੀਂ ਮੈਨੂੰ ਕਹਿ ਦਿੰਦੇ ਯਾਰ ਤੇਰੀ ਵੀਡੀਓਜ਼ ਬਹੁਤ ਵਧੀਆ ਹੁੰਦੀਆਂ। ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮੇਰੀਆਂ ਵੀਡੀਓਜ਼ ਨੂੰ ਇੱਦਾਂ ਹੀ ਵੇਂਦੇ ਰਹੋ ਅਤੇ ਇੱਦਾਂ ਹੀ ਪਿਆਰ ਕਰਦੇ ਰਹੋ। ਮੈਂ ਜਿਹੜੀ ਕੱਲ੍ਹ ਡੋਕ ਵਾਲੀ ਵੀਡੀਓ ਪਾਈ ਸੀ ਤਾਂ ਮੈਨੂੰ ਇੱਕ ਵੀਰੇ ਦਾ ਕਮੈਂਟ ਆਇਆ। ਵੀਰੇ ਦਾ ਨਾਂ ਹੈਗਾ ਜੱਗਾ। ਸੋ ਸਤਿ ਸ਼੍ਰੀ ਅਕਾਲ ਜੱਗੇ ਵੀਰੇ। ਅਤੇ ਅੱਜ ਜੱਗੇ ਬਾਈ ਦੇ ਕਮੈਂਟ ਦਾ ਰਿਪਲਾਈ ਦਿੰਦਾ ਮੈਂ। ਜੱਗੇ ਬਾਈ ਨੇ ਮੈਨੂੰ ਪੁੱਛਿਆ ਵੀ ਜਦੋਂ ਤੁਸੀਂ ਡੋਕ 'ਤੇ ਬੈਕ ਲਾ ਦਿੰਦੇ ਹੋ ਉਦੋਂ ਤੁਹਾਡੇ ਕੋਲ ਕਿੰਨਾ ਕੁ ਟਾਈਮ ਹੁੰਦਾ, ਤੁਸੀਂ ਕੀ ਕਰਦੇ ਹੋ ਉਸ ਟਾਈਮ ਦੇ ਵਿੱਚ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਟ੍ਰੇਲਰ ਅਨਲੋਡ ਹੋਣ ਦੇ ਵਿੱਚ। ਓਕੇ ਜੀ, ਬਹੁਤ ਹੀ ਵਧੀਆ ਅਤੇ ਬਹੁਤ ਹੀ ਚੰਗਾ ਕੁਸ਼ਚਨ ਜੱਗੇ ਬਾਈ ਨੇ ਪੁੱਛਿਆ। ਇਹਦਾ ਸਵਾਲ ਦਾ ਆਨਸਰ ਦਿੰਦਾ, ਮੇਰਾ ਨਾ ਕੈਮਰਾ ਕਦੇ ਇੱਧਰ ਨੂੰ ਜਾਵੜਦਾ ਕਦੇ ਇੱਧਰ ਨੂੰ ਜਾਵੜਦਾ, ਸਮਝ ਹੀ ਨਹੀਂ ਆ ਰਹੀ, ਹਿਲਦਾ ਜਿਹਾ ਪਿਆ ਨਾ। ਐਨੀਵੇਜ਼, ਸੋ ਜੱਗੇ ਬਾਈ, ਜਦੋਂ ਆਪਾਂ ਡੋਕ 'ਤੇ ਟ੍ਰੇਲਰ ਲਾ ਦਿੰਦੇ ਹਾਂ ਸੋ ਉਹ ਜਿਹੜਾ ਟਾਈਮ ਹੁੰਦਾ ਉਹਨੂੰ ਕੀ ਕਹਿੰਦੇ, ਉਸ ਟਾਈਮ ਨੂੰ ਵੇਟਿੰਗ ਕਹਿੰਦੇ ਆ। ਇਹ ਪੇਡ ਹੁੰਦਾ, ਇਹਦੇ ਆਪਾਂ ਨੂੰ ਪੈਸੇ ਮਿਲਦੇ ਆ। ਕਈ ਕੰਪਨੀਆਂ ਘੰਟੇ ਤੋਂ ਬਾਅਦ ਪੇ ਕਰਦੀਆਂ, ਕਈ 2 ਘੰਟੇ ਤੋਂ ਬਾਅਦ ਪੇ ਹੋਣ ਲੱਗਦਾ ਵੀ ਜਦੋਂ 2 ਘੰਟੇ ਤੁਹਾਡੇ ਕੰਪਲੀਟ ਹੋ ਜਾਂਦੇ ਆ ਡੋਕ 'ਤੇ ਲੱਗੇ ਨੂੰ, ਉਦੋਂ ਬਾਅਦ ਪੇ ਹੁੰਦੇ। ਅਤੇ ਡਿਪੈਂਡ ਕਰਦਾ ਹੈ ਨਾ ਕਿਹੜੀ ਕੰਪਨੀ ਕੀ ਹੈ। ਰਾਈਟ ਨਾਓ ਮੈਨੂੰ ਵੀ ਵੇਟਿੰਗ ਪਈ ਹੋਈ ਹੈ ਅਤੇ ਹੁਣ ਬਾਈ ਕਹਿੰਦਾ ਸੀ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਵੇਟਿੰਗ ਪੈਂਦੀ ਹੈ। ਸੋ ਮੈਂ ਤਾਂ ਵੀਡੀਓ ਹੀ ਬਣਾਉਣਾ ਅਤੇ ਬਾਕੀ ਮੇਰਾ ਜਿਹੜਾ ਕੰਮ ਹੈ ਮੈਨੂੰ ਇੰਨੀ ਜ਼ਿਆਦਾ ਵੇਟਿੰਗ ਨਹੀਂ ਪੈਂਦੀ। ਬਾਏ ਚਾਂਸ ਮੈਨੂੰ ਵੇਟਿੰਗ ਪੈ ਜਾਂਦੀ ਹੈ, ਡਿਫਰੈਂਟ ਗੱਲ ਆ। ਮੇਰਾ ਜਿਹੜਾ ਕੰਮ ਹੈ, ਮੇਰਾ ਕੰਮ ਆਟੋ ਪਾਰਟ ਦਾ, ਆਟੋ ਪਾਰਟ ਦੇ ਵਿੱਚ ਇੰਨੀ ਜ਼ਿਆਦਾ ਵੇਟਿੰਗ ਨਹੀਂ ਪੈਂਦੀ ਕਿਉਂਕਿ ਕਾਫੀ ਬਿਜ਼ੀ ਕੰਮ ਹੁੰਦਾ ਅਤੇ ਜ਼ਿਆਦਾ ਟ੍ਰੇਲਰ ਲੋਡਡ ਵੀ ਨਹੀਂ ਹੁੰਦਾ। ਇੰਜਨ ਦੇ ਪਾਰਟ ਜੇ ਹੁੰਦੇ ਆ, ਇੱਕ ਇੱਕ ਦੋ ਦੋ ਇੰਜਨ ਹੁੰਦੇ ਆ ਜਾਂ ਕੋਈ ਹੋਰ ਪੈਲਟਾਂ ਪੁਲਟਾਂ ਹੁੰਦੀਆਂ, ਸੋ ਚੱਕ ਕੇ ਆਪਦਾ ਜਿਹੜਾ ਟ੍ਰੇਲਰ ਹੁੰਦਾ ਉਹਨੂੰ ਅਨਲੋਡ ਕਰ ਲੈਂਦੇ ਆ, ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਸੋ ਵੇਟਿੰਗ ਬਹੁਤ ਘੱਟ ਹੁੰਦੀ ਆ ਮੇਰੇ ਕੰਮ ਦੇ ਵਿੱਚ। ਜਿਵੇਂ ਡੋਕ ਕੋਈ ਵਿਹਲੀ ਨਹੀਂ ਗੀ, ਉੱਥੇ ਆਪਾਂ ਖੜ੍ਹ ਗਏ ਹੈ ਨਾ, ਬਾਹਰ ਖੜ੍ਹ ਗਏ ਡੋਕ ਦੇ, ਆਪਾਂ ਵੇਟ ਕਰ ਰਹੇ ਹਾਂ ਵੀ ਕਦੋਂ ਉਹ ਬਾਈ ਜਾਊਗਾ ਅਤੇ ਫਿਰ ਉਦੋਂ ਬਾਅਦ ਆਪਾਂ ਨੂੰ ਡੋਕ ਮਿਲੂ। ਕਈ ਕੰਪਨੀਆਂ ਜਿਵੇਂ ਛੋਟੀਆਂ ਕੰਪਨੀਆਂ ਹੁੰਦੀਆਂ, ਛੋਟੇ ਵੇਅਰ ਹਾਊਸ ਹੁੰਦੇ, ਡੋਕਾਂ ਜਿੱਥੇ ਘੱਟ ਹੁੰਦੀਆਂ ਅਤੇ ਜਦੋਂ ਜ਼ਿਆਦਾ ਟਰੱਕ ਆ ਜਾਂਦੇ ਫਿਰ ਆਪਾਂ ਨੂੰ ਵੇਟ ਕਰਨਾ ਪੈਂਦਾ, ਲਾਈਨ 'ਚ ਖੜ੍ਹਨਾ ਪੈਂਦਾ, ਫਿਰ ਜਦੋਂ ਆਪਣੀ ਵਾਰੀ ਆਉਂਦੀ ਆ ਆਪਾਂ ਬੈਕ ਲਾ ਦਿੰਦੇ। ਸੋ ਕਈ ਵਾਰੀ ਉੱਥੇ 2 ਜਾਂ 3 ਘੰਟੇ ਲੱਗ ਜਾਂਦੇ, ਡਿਪੈਂਡ ਕਰਦਾ ਹੈ ਨਾ। ਅਤੇ ਵੇਟਿੰਗ ਦੇ ਪੈਸੇ ਹਾਂਜੀ ਮਿਲਦੇ ਆ, ਜ਼ਰੂਰ ਮਿਲਦੇ ਆ। ਅਤੇ ਹੁਣ ਰਾਈਟ ਨਾਓ ਵੀ ਮੈਨੂੰ ਵੇਟਿੰਗ ਪਈ ਹੋਈ ਹੈ, ਤੁਹਾਨੂੰ ਦਿਖਾਉਣੇ ਆ ਸਾਰੇ ਡਰਾਈਵਰ ਵੇਟਿੰਗ ਦੇ ਵਿੱਚ ਕੀ ਕਰਦੇ ਹੁੰਦੇ ਆ। ਹਾਏ ਹਾਏ, ਇਹ ਜ਼ਿੰਦਗੀ ਹੈ, ਕੁਸ਼ਚਨ ਪੁੱਛਦਾ। ਹਾਏ ਹਾਏ, ਟੋਪੀ ਮਾਰੋ ਚਲਾ ਕੇ। ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਕਦੇ ਵੀ ਮੌਕਾ ਮਿਲਿਆ ਤੁਸੀਂ ਜੋਬ ਕਰੋਗੇ, ਆਈ ਦੀ ਜੋਬ ਮਿਲ ਜੂਗੀ ਹੈ। ਜਿੱਥੇ ਆਪਾਂ ਮੰਜੇ 'ਤੇ ਪਿੱਛੇ ਪੈਣਾ ਹੋਇਆ ਨਾ ਜਾ ਕੇ, ਵੀ ਜਿੱਥੇ ਆਪਾਂ ਸੌਣਾ ਹੋਇਆ ਅਤੇ ਰਾਜਿਆਂ ਨੂੰ ਆਪਾਂ ਪਏ ਹਾਂ ਟੋਰ ਨਾਲ, ਕਿਆ ਬਾਤ ਆ, ਕੋਈ ਟੈਨਸ਼ਨ ਨਹੀਂ ਹੈ ਨਾ। ਨਾਲੇ ਆਪਾਂ ਨੂੰ ਪਤਾ ਵੀ ਆਪਾਂ ਨੂੰ ਇਸ ਚੀਜ਼ ਦੇ ਪੈਸੇ ਮਿਲ ਰਹੇ ਆ, ਹੈ ਨਾ, ਆਪਾਂ ਸੌਣ ਦੇ ਪੈਸੇ ਮਿਲ ਰਹੇ ਆਪਾਂ ਨੂੰ ਕੁੱਲ ਮਿਲਾ ਕੇ। ਅਤੇ ਇੱਦਾਂ ਜਿੱਦਾਂ ਮੈਨੂੰ ਲੱਗਦਾ ਕੋਈ ਜੋਬ ਹੀ ਨਹੀਂ ਹੋਣੀ ਜਿੱਥੇ ਮੰਜੇ 'ਤੇ ਸੌਣਾ ਹੋਵੇ। ਵਾਹ, ਕਿਆ ਬਾਤ ਆ, ਜ਼ਿੰਦਗੀ ਹੈ, ਇਹ ਜ਼ਿੰਦਗੀ ਹੈ। ਬਾਹਰ ਨਜ਼ਾਰਾ ਬਹੁਤ ਆ ਟਰੈਕਿੰਗ ਦਾ, ਜਿਹਦੇ ਕੋਲ ਵੇਟਿੰਗ ਦਾ ਕੰਮ ਹੈ ਉਹ ਬਹੁਤ ਨਜ਼ਾਰੇ ਲੈਂਦੇ ਆ, ਬੁੱਲੇ ਲੁੱਟਦੇ ਆ। ਕਈ ਦਿਨ ਤੱਕ ਕਈਆਂ ਦੇ ਇੰਝ ਵੀ ਹੁੰਦੇ ਆ ਵੀ ਉਹਨਾਂ ਨੇ ਇੱਕ ਲੋਡ ਚੱਕਿਆ, ਡਿਲੀਵਰੀ ਕਰਨ ਗਏ ਆ, ਉਹ ਇੱਕ ਲੋਡ ਜਦੋਂ ਡਿਲੀਵਰੀ ਕਰਨ ਜਾਂਦੇ ਆ ਉੱਥੇ 8-8, 9-9 ਘੰਟੇ ਉਹਨਾਂ ਦਾ ਡੋਕ 'ਤੇ ਹੀ ਲੱਗਿਆ ਰਹਿੰਦਾ, ਇੰਨਾ ਜ਼ਿਆਦਾ ਟਾਈਮ ਲੱਗ ਜਾਂਦਾ। ਸੋ ਬੰਦਾ 8-8, 9-9 ਘੰਟੇ ਟਰੱਕ 'ਚ ਬੈਠਾ ਰਹੇ ਅਤੇ ਡਿਲੀਵਰੀ ਕਰਕੇ ਇੱਕ ਘਰੇ ਆ ਜੇ, ਕਿਆ ਬਾਤ ਆ ਕਿ ਨਹੀਂ, ਆਨੰਦ ਹੀ ਨਾ। ਪਰ ਮੈਂ ਤੁਹਾਨੂੰ ਕਿਹਾ ਸੀ ਇਹ ਸਾਰੇ ਕਿਤੇ ਨਹੀਂ ਹੁੰਦਾ, ਇਹ ਕਿਤੇ ਹੁੰਦਾ। ਹੁਣ ਰਾਈਟ ਨਾ ਆਪਾਂ ਟੋਰ ਨਾ ਪਏ, ਆਨੰਦ ਲੈ ਰਹੇ ਹਾਂ, ਬਸ ਇੱਦਾਂ ਦਾ ਕੰਮ ਮਿਲਦਾ ਰਹੇ, ਗਿੱਲ ਖੁਸ਼ ਸੁੱਤਾ ਰਹੇ ਬਾ, ਮਗਰ ਸੌਣ ਨੂੰ ਮਿਲੀ ਜਾਵੇ। ਹੋਰ ਆਪਾਂ ਨੇ ਲੈਣਾ ਕੀ ਆ, ਹੈ ਨਾ। ਇਹਨੂੰ ਕਹਿੰਦੇ ਜੀ ਵੇਟਿੰਗ, ਆਰਾਮ ਨਾਲ ਮੰਜੇ 'ਤੇ ਪਾਓ ਮਗਰ ਜਾ ਕੇ ਟੋਰ ਨਾਲ, ਅਤੇ ਬਸ ਪੈਸੇ ਮਿਲੀ ਜਾਣਗੇ ਤੁਹਾਨੂੰ ਜਿੰਨੇ ਘੰਟੇ ਤੁਸੀਂ ਸੌਵੋਗੇ। ਹੁਣ ਮੈਂ ਲੱਗਾ ਸੌਣ, ਮੇਰੇ ਕੋਲ ਹੈਗਾ ਟਾਈਮ 15-20 ਮਿੰਟ, 15-20 ਮਿੰਟ ਸੌਂਦੇ ਹਾਂ, ਫਿਰ ਆਪਾਂ ਦੁਬਾਰਾ ਫਿਰ ਉੱਠਦੇ ਹਾਂ, ਫਿਰ ਆਪਾਂ ਚਲੇ ਜਾਂਦੇ ਹਾਂ। ਅਯੋਗ ਤੁਹਾਨੂੰ ਪਤਾ ਲੱਗ ਗਿਆ ਹੋਵੇ ਵੇਟਿੰਗ ਕੀ ਹੁੰਦੀ ਜੱਗੇ ਵੀਰੇ, ਅਤੇ ਹੋਰ ਵੀ ਮੇਰੇ ਸਾਰੇ ਭਾਈ ਹਨ ਇਹਨੂੰ ਵੇਟਿੰਗ ਕਹਿ ਦਿੰਦੇ।